ਜੀ ਹਾਂ ਜੀ, ਅਸੀਂ ਗੱਲ ਕਰ ਰਹੇ ਸੀ ਬਾਬਾ ਗੁਰੂ ਨਾਨਕ ਸਾਹਿਬ ਦੇ ਬਾਰੇ 'ਚ ਕਿ ਜ਼ਿੰਦਗੀ ਦੇ 18 ਸਾਲ ਜਿਹੜੇ ਨੇ ਉਹਨਾਂ ਨੇ ਇੱਥੇ ਗੁਜ਼ਾਰੇ, ਔਰ ਮੈਂ ਕਹਾਂਗਾ ਕਿ ਦੁਨੀਆ ਵਾਸਤੇ ਇੱਕ ਮਿਸਾਲ ਹੈ ਕਿ ਉਹਨਾਂ ਨੇ ਜਿਹੜਾ ਇੱਥੋਂ ਲੰਗਰ ਜਾਰੀ ਕੀਤਾ, ਅੱਜ ਉਹ ਪੂਰੀ ਦੁਨੀਆ ਦੇ ਵਿੱਚ ਨਾਨਕ ਨਾਨਲੇਵਾ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਸੇਵਾ ਸਮਝ ਕੇ ਇਸ ਕੰਮ ਨੂੰ ਅੱਗੇ ਵਧਾ ਰਹੇ ਨੇ ਔਰ ਚਲਾ ਰਹੇ ਨੇ। ਮੈਂ ਪੂਰੀ ਦੁਨੀਆ ਦੇ ਵਿੱਚ ਗਿਆ, ਮੈਂ ਦੇਖਿਆ ਔਰ ਬੜੀ ਸ਼ਰਧਾ ਦੇ ਨਾਲ, ਬੜੀ ਆਸ ਦੇ ਨਾਲ ਲੋਕ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਆਉਂਦੇ ਨੇ, ਲੰਗਰ ਛਕਦੇ ਨੇ। ਅਗਰ ਉਸ ਜਗ੍ਹਾ ਦਾ ਤੁਸੀਂ ਮੌਜਬ ਜਾਂ ਬਾਨੀ ਜਾਂ ਕੋਈ ਚੀਜ਼ ਵੀ ਤੁਸੀਂ ਸਮਝਦੇ ਹੋ ਤਾਂ ਉਹ ਇਹੀ ਜਗ੍ਹਾ ਹੈ, ਇਹ ਦਰਬਾਰ ਸਾਹਿਬ ਕਰਤਾਰਪੁਰ ਹੀ ਹੈ। ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ 18 ਸਾਲ ਆਖਰੀ ਜਿਹੜੇ ਗੁਜ਼ਾਰੇ ਉਹਨਾਂ ਨੂੰ ਗੁਜ਼ਾਰਨ ਵਾਸਤੇ ਇਸ ਧਰਤੀ ਦਾ ਜਿਹੜਾ ਉਹਨਾਂ ਨੇ ਟੁਕੜਾ ਜਿਹੜਾ ਉਹ ਚੁਣਿਆ। ਔਰ ਲੇਕਿਨ ਮੈਂ ਕਹਾਂਗਾ ਕਿ ਵੰਡ ਵੇਲੇ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ ਤਾਂ ਬਿਲਕੁਲ ਜਿਹੜੀਆਂ ਦੋ ਮੁਲਕਾਂ ਦੇ ਬਾਰਡਰ ਨੇ ਉਹਦੇ ਬਿਲਕੁਲ ਕਰੀਬ ਤਰੀਨ ਇਹ ਜਿਹੜੀ ਜਗ੍ਹਾ ਹੈ, ਖੁਸ਼ਕਿਸਮਤੀ ਦੇ ਨਾਲ ਅਸੀਂ ਕਹਾਂਗੇ ਸਾਨੂੰ ਪਾਕਿਸਤਾਨ ਦੇ ਵਿੱਚ ਮਿਲੀ ਹੈ। ਔਰ ਬੜਾ ਅਰਸੇ ਤੱਕ ਇਹ ਦਰ ਜਿਹੜਾ ਉਹ ਬਿਲਕੁਲ ਸੁਨਸਾਨ ਔਰ ਗੈਰ ਆਬਾਦ ਰਿਹਾ। ਇਹਦੇ ਨਾਲ ਜੁੜੀਆਂ ਹੋਈਆਂ ਬਹੁਤ ਜ਼ਿਆਦਾ ਸਾਰੀਆਂ ਕਹਾਣੀਆਂ ਨੇ ਔਰ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਨੇ, ਲੇਕਿਨ ਤੁਹਾਨੂੰ ਦੱਸਾਂਗੇ। ਲੇਕਿਨ ਨਾਲ ਨਾਲ ਅਸੀਂ ਚੱਲਦੇ ਚੱਲਦੇ ਹਾਂ ਔਰ ਨਾਲ ਨਾਲ ਤੁਹਾਨੂੰ ਅਸੀਂ ਦੱਸਦੇ ਹਾਂ। ਇਹ ਜਿਹੜਾ ਵਿਊ ਤੁਹਾਨੂੰ ਨਜ਼ਰ ਆ ਰਿਹਾ ਇਸ ਵੇਲੇ, ਇਹ ਪਿੱਛੇ ਤੁਹਾਨੂੰ ਜਿਹੜਾ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ, ਪਾਕਿਸਤਾਨ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਾ ਹੋਇਆ ਸਭ ਤੋਂ ਉੱਚਾ ਜਿਹੜਾ ਨਿਸ਼ਾਨ ਸਾਹਿਬ ਹੈ, ਜਿਹੜੀਆਂ ਆਪਣੀਆਂ ਸ਼ਾਨਾਂ ਦਿਖਾ ਰਿਹਾ ਪਿੱਛੇ। ਔਰ ਉੱਥੇ ਤੁਹਾਨੂੰ ਜਿਹੜੀ ਕਲਗੀ ਨਜ਼ਰ ਆ ਰਹੀ ਹੈ, ਗੋਲਡ ਪਲੇਟਡ ਨਜ਼ਰ ਆ ਰਹੀ ਹੈ, ਪਾਕਿਸਤਾਨ ਦੇ ਸਭ ਤੋਂ ਵੱਡੀ ਕਲਗੀ ਜਿਹੜੀ ਹੈ ਉਹ ਸਜਾਈ ਗਈ ਹੈ। ਔਰ ਮੈਂ ਕਹਾਂਗਾ ਕਿ ਇੱਥੇ ਪੂਰਾ ਸਾਲ ਤਿੰਨੋਂ ਧਰਮਾਂ ਦੇ ਲੋਕ ਜਿਹੜੇ ਨੇ ਸ਼ਰਧਾਲੂ ਬਾਬਾ ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇ ਮੰਨਣ ਵਾਲੇ ਨੇ, ਜਿਹੜੇ ਆਪਣੇ ਪੀਰ ਮੰਨਦੇ ਨੇ, ਜਿਹੜੇ ਆਪਣਾ ਗੁਰੂ ਮੰਨਦੇ ਨੇ, ਠੀਕ ਹੈ ਜੀ, ਉਹ ਆਉਂਦੇ ਨੇ ਔਰ ਇੱਥੇ ਆ ਕੇ ਅਤੇ ਆਪਣੀ ਮਨ ਦੀਆਂ ਮੁਰਾਦਾਂ ਜਿਹੜੀਆਂ ਨੇ ਉਹ ਪਾਉਂਦੇ ਨੇ। ਅਤੇ ਇੱਕ ਵਾਰੀ ਫਿਰ ਸਾਰੀ ਦੁਨੀਆ ਦੀ ਸੰਗਤ ਜਿਹੜੀ ਹੈ ਉਹਦਾ ਧਿਆਨ ਜਿਹੜਾ ਇਸ ਵੇਲੇ ਹੈ ਦਰਬਾਰ ਸਾਹਿਬ ਕਰਤਾਰਪੁਰ ਵੱਲ। ਲੇਕਿਨ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ ਜਿਹੜਾ ਉਹ ਅਸਲ ਹਕੀਕਤ ਕੀ ਹੈ, ਉਹਦੇ ਪਿੱਛੇ ਕਿੰਨੇ ਮਸਲੇ ਮਿਸਾਇਲ ਨੇ, ਅਸੀਂ ਉਹਨਾਂ ਨੂੰ ਵੀ ਜ਼ਿਕਰ ਕਰਾਂਗੇ ਔਰ ਉਹ ਜਗ੍ਹਾ 'ਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਿਆ, ਆਪਣੇ ਹੱਥਾਂ ਨਾਲ ਵਾਹੀਬੀਜੀ ਕੀਤੀ ਔਰ ਆਪਣੀ ਜਿਹੜਾ ਹੈ ਉਹ ਤਮਾਮ ਕੰਮ ਜਿਹੜੇ ਨੇ ਉਹ ਸਾਨੂੰ ਕਰਦੇ ਦਿਖਾਏ।